ਮਨਜੀਤ ਸਿੰਘ ਬੋਪਰਾ ਦੀ ਪੁਸਤਕ ਜੋਤਿਸ਼ ਝੂਠ ਬੋਲਦਾ ਹੈ ਅਗਲਾ ਹਿੱਸਾ ਪੰਡੂਬੀ ਵਿੱਚ ਟੈਲੀਪੈਥੀ ਦੀ ਕਹਾਣੀ ਇੱਕ ਹੋਰ ਤੋਖਾ 16 ਸਤੰਬਰ 1938 ਨੂੰ ਲੰਡਨ ਦੇ ਪ੍ਰਕਾਸ਼ਿਤ ਹੁੰਦੇ ਡੇਲੀ ਸਕੈਚਵੇਟ ਲੈਜਲੀ ਮੈਲੋਰੀ ਦੇ ਇੱਕ ਆਰਟੀਕਲ ਨਵੇਂ ਵਿਗਿਆਨ ਵੱਲੋਂ ਮਨ ਪੜਨ ਵਾਲੇ ਦੀ ਹਮਾਇਤ ਛਾਪਿਆ ਗਿਆ ਸੀ ਇਹ ਆਰਟੀਕਲ ਰੂਸੀ ਪ੍ਰੋਫੈਸਰ ਲਿਉਨਿਡ ਵੇਸੀਲੇਵ ਦੇ ਦਾਅਵਿਆਂ ਨਾਲ ਸੰਬੰਧਿਤ ਸੀ ਵੇਸੀਲੇਵੇ ਦਾਵਾ ਕਰਦਾ ਸੀ ਕਿ ਟੈਲੀਪੈਥੀ ਰਹੀਂ ਮਰਦਾਂ ਤੇ ਔਰਤਾਂ ਨੂੰ ਨੀਂਦ ਚ ਲਿਆ ਸਕਦਾ ਸੀ ਤੇ ਆਪਣੀ ਮਰਜ਼ੀ ਅਨੁਸਾਰ ਉਹਨਾਂ ਨੂੰ ਨੀਂਦ ਤੋਂ ਜਗਾ ਸਕਦਾ ਸੀ ਜਿਵੇਂ ਅਸੀਂ ਜਾਣਦੇ ਹਾਂ ਕਿ ਪ੍ਰੋਫੈਸਰ ਆਪਣੇ ਅਨੁਭਵਾਂ ਨੂੰ ਅਮਰੀਕੀ ਨਿਊਕਲੀਅਰ ਪੰਡੂਬੀ ਨਾਟੀਲ ਸਵਿਚ ਕੀਤੇ ਤਜਰਬਿਆਂ ਨਾਲ ਜੋੜਦਾ ਸੀ ਜਿਹੜੀ ਆਈ ਕਲੇਗ ਸਾਈਕੋਲੋਜੀ ਲੰਡਨ ਮੈਗਜ਼ੀਨ 'ਚ ਵੀ ਪ੍ਰਕਾਸ਼ਿਤ ਹੋਇਆ ਸੀ ਕਹਾਣੀ ਕੁਝ ਇਸ ਤਰ੍ਹਾਂ ਵਰਣਨ ਕੀਤੀ ਗਈ 25 ਜੁਲਾਈ 1959 ਦੇ ਦਿਨ ਨਾਟਿਲਸ ਉਤੇ ਇੱਕ ਗ੍ਰਾਹਕਮਈ ਯਾਤਰੀ ਆਇਆ। ਉਹਦੇ ਪਹੁੰਚਣ ਦੀ ਦੇਰ ਸੀ ਕਿ ਨਾਟਿਲਸ ਨੂੰ ਸਮੁੰਦਰ 'ਚ ਜਾਣ ਲਈ ਡੇਲ ਦਿੱਤਾ ਗਿਆ। ਤੇ ਇਹ ਪੰਡੂਬੀ ਕੋਈ 16 ਦਿਨਾਂ ਤੱਕ ਪ੍ਰਸ਼ਾਂਤ ਮਹਾਸਾਗਰ ਦੀਆਂ ਗਹਿਰਾਈਆਂ ਹੇਠ ਤਰਦੀ ਰਹੀ। ਇੱਕ ਵਾਰੀ ਪੰਡੂਬੀ 'ਚ ਸਵਾਰ ਹੋਣ ਬਾਅਦ ਇਹ ਯਾਤਰੀ ਆਪਣੇ ਕੈਬਿਨ 'ਚ ਹੀ ਬੈਠਾ ਰਿਹਾ। ਉਸ ਕੋਲ ਸਿਰਫ 2 ਵਿਅਕਤੀ ਹੀ ਆ ਸਕਦੇ ਸਨ। ਇੱਕ ਤਾਂ ਮਲਾਹ ਸੀ ਜਿਹੜਾ ਉਹਦੇ ਉਹਦਾ ਖਾਣਾ ਪਾਣੀ ਲਿਆਇਆ ਕਰਦਾ ਸੀ ਤੇ ਦੂਜਾ ਸੀ ਪੰਡੁੱਬੀ ਦਾ ਕਪਤਾਨ ਐਂਡਰਸਨ ਇਹ ਦੋ ਹੀ ਉਹਨੂੰ ਮਿਲਿਆ ਕਰਦੇ ਸਨ ਦਿਨ ਚ ਦੋ ਵਾਰੀ ਇਹ ਯਾਤਰੀ ਕਪਤਾਨ ਐਂਡਰਸਨ ਨੂੰ ਰੀਨੇਵਲ ਵੱਲੋਂ ਵਰਤੇ ਜਾਂਦੇ ਖਾਸ ਕਿਸਮ ਦੇ ਚਿੱਤਰ ਉਕਰੇ ਹੋਏ ਕਾਗਜ਼ ਦੇ ਦਿਆ ਕਰਦਾ ਸੀ ਅਜਿਹੇ ਚਿੰਨ ਡਾਕਟਰ ਰੀਨੇ ਵੱਲੋਂ ਐਸਪੀ ਤਜਰਬਿਆਂ 'ਚ ਇਸਤੇਮਾਲ ਕੀਤੇ ਜਾਂਦੇ ਸਨ ਇੱਕ ਕਾਗਜ਼ ਦੇ ਰੁੱਕੇ ਉੱਤੇ ਯਾਤਰੀ ਤੇ ਕਪਤਾਨ ਦੋਵਾਂ ਦੇ ਦਸਖਤ ਕੀਤੇ ਜਾਂਦੇ ਸਨ ਇਸ ਤਰ੍ਹਾਂ ਦਸਖਤ ਹੋ ਜਾਣ ਤੋਂ ਬਾਅਦ ਇਸ ਰੁੱਕੇ ਨੂੰ ਅਧਿਕਾਰਤ ਇੱਕ ਮੋਹਰਬੰਦ ਲਫਾਫੇ 'ਚ ਬੰਦ ਕਰ ਦਿੱਤਾ ਜਾਂਦਾ ਸੀ ਇਸ ਲਫਾਫੇ ਉੱਤੇ ਬੰਦ ਕਰਨ ਦੀ ਮਿਤੀ ਤੇ ਇਹ ਸ਼ਬਦ ਲਿਖੇ ਹੁੰਦੇ ਸਨ ਏਕ অতি ਗੁਪਤ ਸੂਚਨਾ ਜੇ ਫੜੇ ਜਾਣ ਦਾ ਖਤਰਾ ਹੋਵੇ ਤਾਂ ਹਰ ਹੀਲੇ ਨਸ਼ਟ ਕਰ ਦਿੱਤੀ ਜਾਵੇ ਇਸ ਲਫਾਫੇ ਨੂੰ ਵਿਸ਼ੇਸ਼ ਅਲਮਾਰੀ 'ਚ ਬੰਦ ਕਰਕੇ ਜੰਦਰਾ ਲਾ ਦਿੱਤਾ ਜਾਂਦਾ ਸੀ ਇਹ ਤਜਰਬੇ 16 ਦਿਨ ਜਾਰੀ ਰਹੇ ਇਨ੍ਹਾਂ ਤਜਰਬਿਆਂ ਦੇ ਦੌਰਾਨ ਡਿਊਕ ਯੂਨੀਵਰਸਿਟੀ ਦਾ ਇੱਕ ਹੋਰ ਵਿਦਿਆਰਥੀ ਸਮਿਥ ਆਪਣੇ ਕਮਰੇ ਚ ਕਦੇ ਵੀ ਬਾਹਰ ਨਹੀਂ ਸੀ ਨੀ ਇਹ ਯੂਨੀਵਰਸਿਟੀ ਡਾਕਟਰ ਰੀਨੇ ਦੇ ਈਐਸਪੀ ਤਜਰਬਿਆਂ ਕਾਰਨ ਨਾਮਣਾ ਖੜ ਚੁੱਕੀ ਸੀ ਉਹ ਇੱਕ ਸਵੈ ਚਾਲਤ ਮਸ਼ੀਨ ਦੇ ਸਾਹਮਣੇ ਬੈਠਦਾ ਸੀ ਜੋ ਤਾਸ਼ ਵਰਗੇ ਪੱਤੇਆਂ ਨੂੰ ਤਰਾਸ਼ ਦਿਆ ਕਰਦੀ ਸੀ ਇਸ ਤਰ੍ਹਾਂ ਧਰਤੀ ਤੇ ਬੈਠੇ ਇਸ ਮਾਧਿਅਮ ਵੱਲੋਂ ਤਿਆਰ ਕੀਤੇ ਗਏ ਖਾਸ ਕਿਸਮ ਦੇ ਹਜ਼ਾਰਾਂ ਹੀ ਪਤੇ ਇੱਕ ਡਰਮ ਢੋਲ ਵਿੱਚ ਪਾ ਕੇ ਹਿਲਾਏ ਜਾਂਦੇ ਸਨ ਇਹ ਮਸ਼ੀਨ ਘੜੀਆਂ ਦੇ ਵਾਂਗੂ ਕੰਮ ਕਰਦੀ 1 ਮਿੰਟ ਦੇ ਵਕਫੇ ਬਾਅਦ ਸਿਰਫ ਇੱਕ ਪੱਤਾ ਹੀ ਬਾਹਰ ਸੁੱਟਦੀ ਸੀ ਤਜਰਬੇ ਕਰਨ ਵਾਲਾ ਸਮਿਥ ਇਸ ਪੱਤੇ ਉਤੇ ਟਿਕਟਕੀ ਲਾਗੇ ਵੇਖਦਾ ਤੇ ਇੰਜ ਪ੍ਰਤੀਤ ਹੁੰਦਾ ਕਿ ਉਹ ਇਸ ਪੱਤੇ ਦਾ ਬਹੁਤ ਹੀ ਧਿਆਨਪੂਰਵਕ ਅਧਿਐਨ ਕਰ ਰਿਹਾ ਹੋਵੇ। ਇਸੇ ਸਮੇਂ 1200 ਮੀਲ ਦੂਰ ਸਮੁੰਦਰ ਦੇ ਸੈਂਕੜੇ ਫੁੱਟ heightਾਂ 'ਪੰਡੂਬੀ' ਵਿੱਚ ਬੈਠਾ ਰਹੱਸਮਈ ਯਾਤਰੀ ਲੈਫਟੀਨੈਂਟ ਜੋਨਸ ਇੱਕ ਗੈਸ ਲਾਉਂਦਾ ਕਿ ਸਮਿਥ ਹੁਣ ਕਿਸ ਪੱਤੇ ਨੂੰ ਵੇਖ ਰਿਹਾ ਹੈ। ਉਹ ਆਪਣੇ ਨਤੀਜੇ ਲਿਖ ਕੇ ਰੱਖ ਲੈਂਦਾ ਤੇ ਉਸ ਉੱਤੇ ਕਪਤਾਨ ਐਂਡਰਸਨ ਵੀ ਦਸਖਤ ਕਰਦਾ ਸੀ। 10 ਅਗਸਤ 1959 ਨੂੰ ਪੰਡੂਬੀ ਨਰੋਇਟੋਨ ਬੰਦਰਗਾਹ ਦੇ ਕਿਨਾਰੇ ਲੱਗੀ ਇਹ ਯਾਤਰੀ ਇਸ ਤੋਂ ਉਤਰਿਆ ਤੇ ਇੱਕ ਵਿਸ਼ੇਸ਼ ਕਾਰ 'ਚ ਬੈਠਾ ਇਹ ਕਾਰ ਫੌਜੀ ਸੁਰੱਖਿਆ ਹੇਠ ਉਹਨੂੰ ਹਵਾਈ ਅੱਡੇ ਤੇ ਛੱਡਾਈ ਕੁਝ ਘੰਟਿਆਂ ਬਾਅਦ ਉਹਦਾ ਹਵਾਈ ਜਹਾਜ਼ ਮੈਰੀਲੈਂਡ ਹਵਾਈ ਅੱਡੇ ਉੱਪਰ ਉਤਰਿਆ ਉੱਥੇ ਵੀ ਉਹਨੂੰ ਲੈ ਜਾਣ ਲਈ ਇੱਕ ਕਾਰ ਉਡੀਕ ਰਹੀ ਸੀ ਇਹ ਕਾਰ ਉਹਨੂੰ ਇੱਕ ਬਿਲਡਿੰਗ 'ਚ ਲੈ ਗਈ ਜਿਹਦਾ ਨਾਂ ਸੀ ਵੈਸਟਿੰਗ ਹਾਊਸ ਸਪੈਸ਼ਲ ਰਿਸਰਚ ਸੰ ਯਾਤਰੀ ਨੇ ਇਥੇ ਅਮਰੀਕੀ ਹਵਾਈ ਸੈਨਾ ਦੇ ਜੈਵ ਵਿਗਿਆਨਕ ਸਾਇੰਸ ਦੇ ਰਿਸਰਚ ਅਫਸਰ ਕਰਨਲ ਵਿਲੀਅਮ ਬਾਵਰਜ਼ ਬਾਰੇ ਪੁੱਛਿਆ ਕਰਨਲ ਆਪਣੇ ਦਫਤਰ ਚੋਂ ਡਿਕ ਰਿਹਾ ਸੀ ਉਹਨੇ ਆਖਿਆ ਬੈਟਸੋ ਲੈਫਟੀਨੈਂਟ ਜੋਨਸ ਕਿ ਤੁਹਾਡੇ ਕੋਲ ਲਫਾਫਾ ਹੈ ਜੋਨਸ ਨੇ ਉਹ ਲਫਾਫਾ ਉਹਨੂੰ ਫੜਾਇਆ ਜਿਸ ਉੱਪਰ ਪੰਡੂਬੀ ਦੀ ਮੋਹਰ ਨਹੀਂ ਸੀ ਪਰ ਮਾਰੀਲੈਂਡ ਰਿਸਰਚ ਸੈਂਟਰ ਆਫ ਫਰੈਂਡਸ਼ਿਪ ਦੀ ਸੀਲ ਲੱਗੀ ਸੀ ਕਰਨਲ ਬਾਵਰਜ਼ ਨੇ ਦੋਵੇਂ ਲਫਾਫੇ ਖੋਲ੍ਹੇ ਉਹਨਾਂ ਚੋਂ ਪੈਕੇਟ ਕੱਢੇ ਤੇ ਫਿਰ ਉਹਨਾਂ ਚ ਬੰਦ ਛੋਟੇ ਲਫਾਫੇ ਆਦਿ ਸੀਲਾਂ ਖੋਲਣ ਲੱਗ ਪਏ ਦੋਵਾਂ ਵਿਅਕਤੀਆਂ ਨੇ ਇੱਕੋ ਜਿਹੇ ਤਰੀਕਾਂ ਵਾਲੀਆਂ ਸਲਿੱਪਾਂ ਮਲਾਈਆਂ ਉਹਨਾਂ ਦਾ ਤੁਲਨਾਤਮਕ ਅਧਿਐਨ ਕੀਤਾ ਦੋਵਾਂ ਸੀਟਾਂ ਉੱਪਰਲੇ ਨਿਸ਼ਾਨ 70% ਦੀ ਠੀਕ ਹੀ ਨਹੀਂ ਸਨ ਸਗੋਂ ਇੱਕੋ ਜਈ ਤਰਤੀਬ ਚ ਵੀ ਲਿਖੇ ਹੋਏ ਸਨ ਕਰਨਲ ਬਾਵਜ਼ ਨੇ ਕਿਹਾ ਕਿ ਅਸੀਂ ਇਤਿਹਾਸ ਦੇ ਇੱਕ ਵਿਸ਼ੇਸ਼ ਮੋੜ ਉੱਤੇ ਆ ਪਹੁੰਚੇ ਹਾਂ ਬਿਨਾਂ ਕਿਸੇ ਧੋਖੇ ਤੇ ਅਮਲੀ ਤੌਰ ਉਤੇ ਇੱਕ ਮਨੁੱਖੀ ਦਿਮਾਗ ਦੇ ਵਿਚਾਰ ਬਿਨਾਂ ਕਿਸੇ ਮਾਧਿਅਮ ਦੀ ਸਹਾਇਤਾ ਦੇ ਦੂਜੇ ਵਿਅਕਤੀ ਦੇ ਦਿਮਾਗ ਤੱਕ ਪਹੁੰਚਾ ਦਿੱਤੇ ਗਏ ਇਸ ਨਾਲ ਤਾਂ ਪੰਡੂਬੀਆਂ ਚ ਸੰਚਾਰ ਪ੍ਰਬੰਧ ਲਈ ਵੀ ਰਸਤਾ ਸਾਫ ਹੋ ਗਿਆ ਸਭ ਤੋਂ ਪਹਿਲਾਂ ਇਹ ਕਹਾਣੀ ਫ੍ਰਾਂਸੀਸੀ ਮੈਗਜ਼ੀਨ ਲੀ ਮਾਰਟਨ ਡੇਸ ਮਿਜ਼ੀਸ਼ੀਅਨਜ਼ ਵਿੱਚ ਲੂਇਸ ਪੋਵਲ ਦੇ ਜੈਕੋਸ ਬਰਜੀਅਰ ਨੇ ਪ੍ਰਕਾਸ਼ਿਤ ਕਰਵਾਈ ਫਿਰ ਇਹਦਾ ਸਾਰ ਅਮਰੀਕੀ ਰਸਾਲੇ ਦਿਸ ਵੀਕ 'ਚ ਛਾਪਿਆ ਗਿਆ ਜਿਉਂ ਦੀ ਤਿਉਂ ਛਾਪਣ ਦੀ ਬਜਾਏ ਜਿਵੇਂ ਕਿ ਮਿਲਟਰ ਮੈਲਰੀ ਤੇ ਹੋਰ ਅੰਗਰੇਜ਼ ਜਰਨਲਿਸਟਾਂ ਨੇ ਕੀਤੀ ਸੀ this week ਇਸ ਤੋਂ ਥੋੜਾ ਬਾਅਦ ਜਸੂਸੀ ਐਂਡ ਸਵੀ ਸ਼ਾਮਲ ਕਰ ਦਿੱਤੇ ਜਦੋਂ ਪ੍ਰਕਾਸ਼ਿਤ ਕੀਤੀ ਕਹਾਣੀ ਬਾਰੇ ਸਬੂਤ ਦੇਣ ਲਈ ਆਖਿਆ ਗਿਆ ਤਾਂ ਪਾਵਲ ਸੇਬਰਜੀਅਰ ਨੇ this week ਨੂੰ ਦੱਸਿਆ ਕਿ ਉਹਨਾਂ ਨੇ ਤਾਂ ਸੁਣੀ ਸੁਣਾਈ ਗੱਲ ਹੀ ਛਾਪੀ ਹੈ ਤੱਥਾਂ ਦੀ ਪੜਤਾਲ ਨਹੀਂ ਕੀਤੀ ਉਦਾਹਰਨ ਦੇ ਵਾਸਤੇ ਉਹਨਾਂ ਨੇ ਪੰਡੂਬੀ ਦਾ ਨਾਮ ਦੱਸਿਆ ਪਾਵਲਸ ਨੇ this week ਨੂੰ ਜਵਾਬ ਚ ਲਿਖਿਆ ਕਿ ਇਹ ਕੋਈ ਪਰਮਾਣੂ ਪੰਡੂਬੀ ਹੀ ਹੋ ਸਕਦੀ ਹੈ ਪਰ ਫਰਾਂਸੀਸੀ ਲੋਕ ਨੋਟਿਲਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਜਦੋਂ ਨੌਟੀਲ ਸੇ ਕਪਤਾਨ ਵਿਲੀਅਮ ਆਰ ਐਂਡਰਸਨ ਨੂੰ ਇਹ ਕਹਾਣੀ ਵਿਖਾਈ ਗਈ ਤਾਂ ਉਹਦੇ ਸੰਬਾਧਕ ਨੇ ਜੋ ਕੁਝ ਦੱਸਿਆ ਉਹ ਇਸ ਤਰ੍ਹਾਂ ਹੈ ਭਾਵੇਂ ਨੌਟੀਲਸ ਨੂੰ ਵੱਖ-ਵੱਖ ਕਿਸਮਾਂ ਦੇ ਕਿੰਨੇ ਹੀ ਕੰਮਾਂ ਲਈ ਵਰਤਿਆ ਗਿਆ ਸੀ ਪਰ ਅਸਲ 'ਚ ਟੈਲੀਪੈਥੀ ਦਾ ਕੋਈ ਵੀ ਪ੍ਰਯੋਗ ਇਹਨਾਂ 'ਚ ਸ਼ਾਮਲ ਨਹੀਂ ਸੀ ਮੈਸਰਸ ਪਾਉਲ ਸੇ ਬਰਜੀਅਰ ਦੁਆਰਾ ਟੈਲੀਪੈਥੀ ਦੇ ਪ੍ਰਯੋਗ ਦੀ ਰਿਪੋਰਟ ਬਿਲਕੁਲ ਝੂਠੀ ਹੈ ਅਸਲ 'ਚ ਉਸ ਸਮੇਂ ਦੌਰਾਨ ਨੌਟੀਲਸ ਪੋਰਟ ਸਮਿਥ ਬੰਦਰਗਾਹ ਉਤੇ ਰੁਕੀ ਹੋਈ ਸੀ ਤੇ ਆਪਣਾ ਓਵਰਹਾਲ ਕਰਵਾ ਰਹੀ ਸੀ ਇਹ ਵੀ ਬਹੁਤ ਦਿਲਚਸਪੀ ਵਾਲੀ ਗੱਲ ਹੈ ਕਿ ਉਸੇ ਸਮੇਂ ਇਹ ਪੰਡੂਬੀ ਕਪਤਾਨ ਐਂਡਰਸਨ ਦੇ مات ਹੱਤ ਨਹੀਂ ਸੀ ਸਗੋਂ ਕਮਾਂਡਰ ਲੈਂਡੋ ਡਬਲਯੂ ਜੈਕ ਜੂਨੀਅਰ ਦੇ مات ਹੱਤ ਸੀ ਅਮਰੀਕੀ ਹਵਾਈ ਸੈਨਾ ਦੇ ਕਰਨਲ ਵਿਲੀਅਮ ਬੋਵਰਸ ਬਾਰੇ ਦੱਸਿਆ ਗਿਆ ਸੀ ਕਿ ਉਹਨੇ ਟੈਲੀਪੈਥੀ ਪ੍ਰਯੋਗ ਚ ਭਾਗ ਲਿਆ ਸੀ ਉਹਨੇ ਦੱਸਿਆ ਕਿ ਉਹ ਪ੍ਰਯੋਗ ਜਿਸ ਵਿੱਚ ਭਾਗ ਲੈਣ ਦਾ ਮੇਰੇ ਤੇ ਇਲਜ਼ਾਮ ਲੱਗਿਆ ਕਦੇ ਹੋਇਆ ਹੀ ਨਹੀਂ ਤੇ ਮੈਂ ਕਦੇ ਵੀ ਵੈਸਟਿੰਗ ਹਾਊਸ ਰਿਸਰਚ ਸੈਂਟਰ 'ਚ ਨਹੀਂ ਗਿਆ ਜਿੱਥੇ ਟੈਲੀਪੈਥੀ ਦੇ ਪ੍ਰਯੋਗਾਂ ਦੇ ਨਤੀਜਿਆਂ ਦੀ ਜਾਂਚ ਪੜਤਾਲ ਕੀਤੀ ਦਰਸਾਈ ਗਈ ਹੈ ਸੱਚਾਈ ਇਹ ਹੈ ਕਿ 25 ਜੁਲਾਈ 1965 ਨੂੰ ਮੈਂ 에ਅਰ ਯੂਨੀਵਰਸਿਟੀ ਅਲਬਾਮਾ ਵਿਖੇ ਡਿਊਟੀ ਦਿੱਤੀ ਹੈ ਜਿਹਦਾ ਇਸ ਕਿਸਮ ਦੀ ਖੋਜ ਨਾਲ ਕੋਈ ਸਬੰਧ ਨਹੀਂ ਹੈ ਸੰਖੇਪ ਵਿੱਚ ਪੰਡੂਬੀ ਵਿਖੇ ਟੈਲੀਪੈਥੀ ਇੱਕ ਬਹੁਤ ਵੱਡਾ ਧੋਖਾ ਸੀ ਡਾਕਟਰ ਜੇ.ਬੀ. ਰੀਨੇ ਤੇ ਡਾਕਟਰ ਲੁਈਸਾ ਰੀਨੇ ਦੀਆਂ ਪੁਸਤਕਾਂ ਵਿੱਚ ਅਜਿਹੀਆਂ ਬਹੁਤ ਮਨਕਰਦ ਕਹਾਣੀਆਂ ਮਿਲਦੀਆਂ ਜੇ ਇਸ ਕਿਸਮ ਦਾ ਕੋਈ ਖਤ ਵੀ ਮਿਲ ਗਿਆ ਤਾਂ ਬਿਨਾਂ ਕਿਸੇ ਪੜਤਾਲ ਕੀਤੇ ਉਹਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੁਣ ਵਿਗਿਆਨੀ ਇਹ ਮੰਨਦੇ ਆ ਕਿ ਸੰਸਾਰ ਨੂੰ ਜਾਣਨ ਲਈ ਕਿਸੇ ਨਾ ਕਿਸੇ ਤਰ੍ਹਾਂ ਸਾਡੀਆਂ ਗਿਆਨ ਇੰਦਰੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ਅੱਜ ਮਨ ਤੇ ਮਾਦੇ ਨੂੰ ਵਖ ਨਹੀਂ ਸਮਝਿਆ ਜਾਂਦਾ ਮਾਦੇ ਨੂੰ ਬਣਾਉਣ ਵਾਲਾ ਛੋਟਾ ਅੰਸ਼ ਵੀ ਊਰਜਾ ਹੈ ਈ.ਐਸ.ਪੀ ਦੇ ਦਾਅਵੇ ਅਕਸਰ ਵਧਾ ਚੜਾ ਕੇ ਪੇਸ਼ ਕੀਤੇ ਗਏ ਹਨ 노벨 ਪੁਰਸਕਾਰ ਵਿਜੇਤਾ ਤੰਤੂ ਵਿਗਿਆਨੀ ਵਾਲਟਰ ਹਾਸ ਨੇ ਸਫਲਤਾਪੂਰਵਕ ਦਰਸਾਇਆ ਹੈ ਕਿ ਪਿਆਰ ਕਿਰਨਾ ਖੁਸ਼ੀ ਡਰ ਹਮਦਰਦੀ ਗੁੱਸਾ ਵਰਗੀਆਂ ਭਾਵਨਾਵਾਂ ਕਿਸੇ ਰੱਬੀ ਸ਼ਕਤੀ ਦਿਆਂ ਪੈਦਾ ਕੀਤੀਆਂ ਨਹੀਂ ਹਨ ਸਗੋਂ ਇਹ ਤਾਂ ਨਿਊਟ੍ਰੋਨਾਂ ਦੀ ਬਿਜਲੀ ਰਸਾਇਣਿਕ ਸਰਗਰਮੀਆਂ ਦਾ ਨਤੀਜਾ ਹਨ ਜੋ ਸਾਡੇ ਦਿਮਾਗ ਸਰੀਰ ਤੇ ਤੰਤੂ ਪ੍ਰਬੰਧ ਵਿੱਚ ਵਰਤਦੀਆਂ ਹਨ ਉਹਨੇ ਇਹ ਭਾਵਨਾਵਾਂ ਪੈਦਾ ਕਰਕੇ ਵੇਖਣ ਲਈ ਬਿਜਲੀ ਤਰੰਗਾਂ ਦੀ ਵਰਤੋਂ ਕੀਤੀ ਇਸ ਲਈ ਹੁਣ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਇਹੋ ਹੀ ਆਮ ਸਮਝ ਤੇ ਵਿਗਿਆਨਕ ਖੋਜਾਂ ਦਰਸਾਉਂਦੀਆਂ ਹਨ ਕਿ ਈਐਸਪ ਵਰਤਾਰਿਆਂ ਦੀ ਕੋਈ ਹੋਂਦ ਨਹੀਂ ਹੈ ਗੇਂਦ ਈਐਸਪ ਦੇ ਹਮਾਇਤੀਆਂ ਪਾਸ ਹੈ ਇਹਨੂੰ ਸਹੀ ਸਾਬਤ ਕਰਨਾ ਉਹਨਾਂ ਦੀ ਸਿਰਦਰਦੀ ਹੈ ਬੇਸ਼ੱਕ ਸਮੱਸਿਆ ਉਹਨਾਂ ਨਾਲ ਸੰਬੰਧਿਤ ਹੈ ਜੋ ਇਸ ਝੂਠੇ ਵਿਗਿਆਨ ਨੂੰ ਵਿਕਸਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਜਾਦੂ ਤੇ ਚਮਤਕਾਰ ਜਾਦੂ ਮਨੁੱਖੀ ਨਸਲ ਜਿੰਨਾ ਹੀ ਪੁਰਾਣਾ ਹੈ ਪਾਵੇਂ ਇੱਕ ਮਨੋਰੰਜਨ ਦਾ ਹੀ ਸਾਧਨ ਹੈ ਪਰ ਬਹੁਤ ਸਾਰੇ ਜਾਦੂਗਰ ਇਹਦੀ ਵਰਤੋਂ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਰਦੇ ਹੈ ਇਹਦੇ ਬਲਬੂਤੇ ਆਪਣੀ ਗੈਬੀ ਹਸਤੀਆਂ ਵਜੋਂ ਪੂਜਾ ਕਰਵਾਉਂਦੇ ਹੈ ਜਾਦੂ ਹੀ ਸਾਰੇ ਚਮਤਕਾਰ ਤੇ ਧਰਮਾਂ ਦਾ ਜਨਮਦਾਤਾ ਹੈ ਸੰਸਾਰ ਦੇ ਲਗਭਗ ਸਾਰੇ ਧਰਮਾਂ ਦੇ ਗ੍ਰੰਥ ਰੱਬ ਜਾਂ ਉਸਤੇ ਰੱਬੀ ਮਸੀਹਾਂ ਵੱਲੋਂ ਵਿਖਾਏ ਗਏ ਚਮਤਕਾਰਾਂ ਦੀਆਂ ਕਹਾਣੀਆਂ ਨਾਲ ਭਰੇ ਪਏ ਹੈ ਕਿਉਂਕਿ ਇਹ ਗੱਲਾਂ ਤਾਂ ਭੂਤਕਾਲ ਬੀਤੇ ਸਮੇਂ ਦੀਆਂ ਜਿਸ ਕਰਕੇ ਅਸੀਂ ਇਹਨਾਂ ਦੀ ਪੜਤਾਲ ਕਰਨ ਦੀ ਅਸਮਰਤਾ ਅਸੀਂ ਹੁਣ ਵਾਪਰਨ ਵਾਲੇ ਚਮਤਕਾਰਾਂ ਦੀ ਸੱਚਾਈ ਪੜਤਾਲਣ ਦੀ ਸਥਿਤੀ ਵਿੱਚ ਜ਼ਰੂਰ। ਬ੍ਰਹਿਮੰਡ 'ਚ ਘਟ ਰਹੀ ਹਰ ਘਟਨਾ ਕੁਦਰਤੀ ਹੈ। ਕੁਝ ਵੀ ਗੈਬੀ ਜਾਂ ਪ੍ਰਾ ਕੁਦਰਤੀ ਨਹੀਂ ਹੈ। ਜੋ ਕੱਲ ਤੱਕ ਰਹੱਸ ਸਨ ਉਹ ਅੱਜ ਵਿਗਿਆਨਕ ਨਿਯਮ ਬਣ ਗਏ ਐ। ਵਿਗਿਆਨੀ ਕੁਦਰਤ ਦੇ ਰਹੱਸਾਂ ਦੀ ਖੋਜ ਕਰਦੇ ਐ। ਜਿਹੜੇ ਰਹੱਸ ਅਸੀਂ ਜਾਣ ਲਈ ਐ ਉਹ ਵਿਗਿਆਨ ਐ। ਜਿਹੜੇ ਭੇਦ ਅਸੀਂ ਨਹੀਂ ਸਮਝ ਸਕਦੇ ਉਹ ਰਹੱਸ ਐ। ਅਸੀਂ ਭਵਿੱਖ 'ਚ ਉਹਨਾਂ ਨੂੰ ਖੋਜ ਵੀ ਸਕਦੇ ਆ ਜਾਂ ਨਹੀਂ ਵੀ ਲੱਭ ਸਕਦੇ। ਗ੍ਰਹਿ ਧਰਤੀ ਉੱਪਰਲੇ ਅੰਤਿਮ ਮਨੁੱਖੀ ਨਸਲ ਦੇ ਵਿਅਕਤੀ ਬ੍ਰਹਿਮੰਡ ਦੀ ਵੱਧ ਤੋਂ ਵੱਧ ਜਾਣਕਾਰੀ ਵਾਲੇ ਹੋਣਗੇ ਕਿਸੇ ਕੋਲੇ ਵੀ ਕਦੇ ਨਾ ਗੈਬੀ ਸ਼ਕਤੀਆਂ ਸੰਨ ਤੇ ਨਹੀਂ ਹਨ ਜੇ ਕੋਈ ਗੈਬੀ ਸ਼ਕਤੀਆਂ ਦਾ ਮਾਲਕ ਹੋਣ ਦਾ ਦਾਵਾ ਕਰਦਾ ਤਾਂ ਧੋਖੇबाज ਹੁੰਦੀ ਹੈ ਜਿਹੜੇ ਲੋਕੀ ਚਮਤਕਾਰੀ ਸ਼ਕਤੀਆਂ ਹੋਣ ਦਾ ਦਾਵਾ ਕਰਦੇ ਉਹ ਭੋਲੇ ਭਾਲੇ ਲੋਕਾਂ ਸਾਹਮਣੇ ਜਾਦੂ ਦੇ ਟ੍ਰਿਕ ਵਿਖਾਉਣ ਵਾਲੇ ਮਦਾਰੀ ਹੀ ਹੁੰਦੇ ਆ ਕਿਉਂਕਿ ਲਾਈ ਲੱਗ ਲੋਕਾਂ ਕੋਲ ਨਾ ਤਾਂ ਇਹਨਾਂ ਨੂੰ ਪਰਖਣ ਦਾ ਹੌਸਲਾ ਹੀ ਹੁੰਦਾ ਤੇ ਨਾ ਹੀ ਸਮਝਣ ਲਈ ਆਮ ਸੂਝ ਬੁੱਝ ਸਤਿਆ ਸਾਈ ਬਾਬਾ ਦਾ ਹਵਾ ਵਿੱਚੋਂ ਪਵਿੱਤਰ ਰਾਖ ਪੈਦਾ ਕਰਨਾ ਇਜ਼ਰਾਈਲ ਦੇ ਯੂਰੀ ਗੈਲਰ ਦਾ ਚਮਚੇ ਮੋੜ ਦੇਣਾ ਦੱਖਣੀ ਭਾਰਤ ਦੇ ਮਹਾਰਾਜ ਗੁਰੂ ਜੀ ਦੇ ਚਮਤਕਾਰ ਸਭ ਜਾਦੂ ਦੇ ਟ੍ਰਿਕ ਹੀ ਸਨ ਡਾਕਟਰ ਭਗਵਾਨ ਨਾਥਨ ਤੇ ਡਾਕਟਰ ਅੰਦਰੀਜ਼ਾ ਵਰਗੇ ਵਿਗਿਆਨੀਆਂ ਵੱਲੋਂ ਇਹਨਾਂ ਦੀਆਂ ਜੀਵਨੀਆਂ 'ਚ ਚਮਤਕਾਰਾਂ ਦੇ ਸਵਾਮੀ ਹੋਣ ਬਾਰੇ ਮੰਨ ਲੈਣ ਦੇ باوجود ਵੀ ਇਹ ਵਿਅਕਤੀਮਾਨਤਾ ਪ੍ਰਾਪਤ ਨਹੀਂ ਕਰ ਸਕੇ ਨਾ ਹੀ ਇੰਨੀ ਪ੍ਰਸਿੱਧੀ ਅਜੇ ਵਿਗਿਆਨੀਆਂ ਬਿਨਾਂ ਕਿਸੇ ਪੜਤਾਲ ਦੇ ਇਹਨਾਂ ਤੇ ਅੰਨੀ ਸ਼ਰਦਾ ਦੇ ਨਹੀਂ ਵਿਸ਼ਵਾਸ ਕਰਦੇ ਰਹੇ ਟ੍ਰਿਕ ਵਿਖਾਉਣ ਤੋਂ ਪਹਿਲਾਂ ਲਈ ਲਈ ਗਈ ਇਹਨਾਂ ਦੀ ਤਲਾਸ਼ੀ ਇਹਨਾਂ ਛੁਪੇ ਹੋਏ ਦਾਅਵਿਆਂ ਦਾ ਪਰਦਾ ਫਾਸ਼ ਕਰ ਦਿੰਦੀ ਹੈ ਜਾਦੂਗਰ ਦੀ ਪੜਤਾਲ ਤਾਂ ਹੋਰ ਪ੍ਰਸਿੱਧ ਜਾਦੂਗਰੀ ਚੰਗੀ ਤਰ੍ਹਾਂ ਕਰ ਸਕਦਾ ਕੋਈ ਸਥਾਪਿਤ ਵਿਗਿਆਨੀ ਨਹੀਂ ਜਿਹੜਾ ਵਿਗਿਆਨੀ ਬਿਨਾਂ ਪੂਰੀ ਪੜਤਾਲ ਦੇ ਕਿਸੇ ਵਰਤਾਰੇ 'ਚ ਵਿਸ਼ਵਾਸ ਕਰਦਾ ਉਹ ਨਿਰਈ ਗੈਰ ਵਿਗਿਆਨਕ ਹੈ ਕੋਈ ਵੀ ਅਸਲੀ ਵਿਗਿਆਨੀ ਕਿਸੇ ਵਿਅਕਤੀ ਜਾਂ ਵਸਤੂ ਦੀ ਪਵਿੱਤਰਤਾ ਦੇ ਡਰੋਂ ਉਹਦੀ ਪੜਤਾਲ ਕਰਨ ਤੋਂ ਝਿਜਕੇਗਾ ਨਹੀਂ ਤੇ ਡਾਕਟਰ ਕਬੂਰ ਦੇ ਸ਼ਬਦਾਂ ਤੋਂ ਮਨੁੱਖ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ ਉਹ ਧੋਖੇਬਾਜ਼ ਹੁੰਦਾ ਹੈ ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਇਲਗ ਹੁੰਦਾ ਹੈ ਜਿਹੜਾ ਬਗੈਰ ਪੜਤਾਲ ਕੀਤੇ ਵਿਸ਼ਵਾਸ ਕਰਦਾ ਹੈ ਉਹ ਮੂਰਖ ਹੁੰਦਾ ਹੈ ਇੰਗਲੈਂਡ ਵਿਖੇ ਕਣਕ ਦੀ ਫਸਲ 'ਚ ਚੱਕਰ ਵਿਖਾਈ ਦੇਣੇ ਇੰਗਲੈਂਡ ਦੇ ਕਨਕੀ ਦੀ ਫਸਲਟ ਰਹਾਸ ਮਾਈ ਟੈਕਰ ਜਾਂ ਹੋਰ ਤਰ੍ਹਾਂ ਦੀਆਂ ਤਸਵੀਰਾਂ ਵਿਖਾਈ ਦੇਣ ਲੱਗੀਆਂ ਸਨ ਇਸ ਰਹੱਸ ਨੇ ਕੋਈ ਇੱਕ ਦਹਾਕੇ ਤੱਕ ਸਾਰੇ ਸੰਸਾਰ ਦੇ ਲੋਕਾਂ ਨੂੰ ਹੈਰਾਨ ਕਰੀ ਰੱਖਿਆ ਸੰਸਾਰ 'ਚ ਇੱਕ ਖੋਜ ਦਾ ਮੁੱਦਾ ਬਣ ਗਿਆ ਸੀ ਪਰ ਸੀ ਇਹ ਇੱਕ ਵੱਡਾ ਧੋਖਾ ਸੀ ਇੱਕ ਟ੍ਰਿਕ 260 ਸਾਲੇ ਵਿਅਕਤੀ ਡੂੰਬੂਅਰ ਤੇ ਡੇਵਿਡ ਚੌਰਲੀ ਇਸ ਟ੍ਰਿਕ ਪਿੱਛੇ ਕੰਮ ਕਰਦੇ ਸੀ ਬੂਅਰ ਨੇ ਦੱਸਿਆ ਕਿ ਕੁਈਨਜ਼ਲੈਂਡ ਆਸਟ੍ਰੇਲੀਆ ਚ ਰਹੀ ਸੀ ਤੇ ਜਦੋਂ ਉੱਥੇ ਵੀ ਅਜਿਹੇ ਚੱਕਰ ਬਣਨ ਲੱਗ ਪਏ ਇਹਨਾਂ ਦੋ ਵਿਅਕਤੀਆਂ ਵੱਲੋਂ ਸੱਚ ਮੰਨ ਲੈਣਾ ਜਾਦੂਗਰੀ ਨੂੰ ਇੱਕ ਬਹੁਤ ਵੱਡਾ ੱਤਕਾ ਲਾਉਣ ਵਾਲੀ ਗੱਲ ਸੀ ਤੇ ਯੂ ਐਫਓ ਉਡਣ ਤਸ਼ਤਰੀਆਂ ਦੇ ਸਮਰਥਕ ਲੋਕਾਂ ਲਈ ਸੰਸਾਰ ਭਰ ਚ ਇੱਕ ਠੇਸ ਪਹੁੰਚਾਉਣ ਵਾਲੀ ਗੱਲ ਸੀ ਮਹਾਨ ਹੌਡਨੀ 19ਵੀਂ ਸਦੀ ਦੇ ਅੰਤ ਵਿੱਚ ਇੱਕ ਮਹਾਨ ਜਾਦੂਗਰ ਹੈਰੀ ਹੌਡਨੀ ਨੇ ਮਾਧਿਮਾਂ ਦੇ ਚਮਤਕਾਰਾਂ ਨੂੰ ਨੰਗਾ ਕਰਨ ਦਾ ਬੀੜਾ ਚੁੱਕਿਆ ਇਹ ਜਾਦੂਗਰ ਬੰਦ ਟਰੰਕਾਂ ਵਿੱਚੋਂ ਨਿਕਲ ਆਉਂਦਾ ਸੀ ਰस्सੀਆਂ ਤੇ ਹੱਤਕੜੀਆਂ ਨਾਲ ਜੁੜੇ ਹੋਏ ਹੱਥ ਖੋਲ ਲੈਂਦਾ ਸੀ ਇਹ ਇਹਨਾਂ ਮਾਧਿਮਿਆਂ ਨੂੰ ਕੰਨੋਂ ਨਾ ਫੜ ਸਕਿਆ ਇਹਨਾਂ ਮਾਧਿਮਾਂ ਵਿੱਚ ਲੋਕਾਂ ਦੀ ਦਿਲਚਸਪੀ ਇੰਨੀ ਵੱਧ ਸੀ ਕਿ 19ਵੀਂ ਸਦੀ ਦੇ ਅੰਤਿਮ ਦਹਾਕਿਆਂ 'ਚ ਵੀ ਇਹਨਾਂ ਵੱਲੋਂ ਆਯੋਜਿਤ ਅਧਿਆਤਮਕ ਸਭਾਵਾਂ ਵਿੱਚ ਜਾ ਪਹੁੰਚਦੇ ਸਨ ਭਾਵੇਂ ਕਿ ਉਹਨਾਂ ਦੇ ਟ੍ਰਿਕ ਨੰਗੇ ਕੀਤੇ ਜਾ ਚੁੱਕੇ ਸਨ ਇੱਕ ਸਟੇਜ ਸ਼ੋਅ ਵੱਜੋਂ ਹਾਰਡੀਨੀ ਨੇ ਖੁਦ ਵੀ ਇੱਕ ਅਜਿਹੀ ਅਧਿਆਤਮਕ ਸਭਾ ਦਾ ਆਯੋਜਨ ਕੀਤਾ ਇਕ ਨੇਰੇ ਵਾਲੇ ਸੀਨ ਚ ਲੋਕਾਂ ਜਾਂ ਦਰਸ਼ਕਾਂ ਸਾਹਮਣੇ ਉਹਨੂੰ ਇੱਕ ਡੱਬੇ ਚ ਬੰਦ ਕਰ ਦਿੱਤਾ ਗਿਆ ਰੂਹਾਂ ਦੀਆਂ ਸ਼ਕਲਾਂ ਪੈਦਾ ਹੋ ਗਈਆਂ ਅਜੀਬ ਡਰਾਉਣੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਵਸਤੂਆਂ ਉੱਡਣ ਲੱਗੀਆਂ ਦਰਸ਼ਕਾਂ ਦੇ ਉੱਪਰੋਂ ਦੀ ਇਹ ਸਭ ਉਹਨਾਂ ਦੀ ਵੱਧ ਤਸੱਲੀ ਕਰਵਾਉਣ ਲਈ ਕੀਤਾ ਗਿਆ ਇਹ ਤਾਂ ਸ਼ੋਅ ਦਾ ਪਹਿਲਾ ਹਿੱਸਾ ਸੀ ਦੂਜੇ ਹਿੱਸੇ ਛੋਡਨੀ ਨੇ ਸਾਰੀ ਘਟਨਾਵਾਂ ਦੇ ਵਾਪਰਨ ਦੀ ਬਹੁਤ ਹੀ ਬਾਰੀਕੀ ਨਾਲ ਵਿਆਖਿਆ ਪੇਸ਼ ਕੀਤੀ ਇਜ਼ਰਾਈਲ ਦੇ ਇੱਕ ਜਾਦੂਗਰ ਯੂਰੀ ਗੈਲਰ ਨੇ ਆਪਣੀਆਂ ਆਪਣੇ ਮਾਨਸਿਕ ਸ਼ਕਤੀਆਂ ਦੇ ਦਾਅਵਿਆਂ ਨਾਲ ਸੰਸਾਰ ਨੂੰ ਗਦੀ-ਗੇੜ ਪਾਈ ਰੱਖਿਆ ਉਹ ਸ਼ਕਤੀ ਨਾਲ ਚਮਚੇ 모ੜ ਦਿੰਦਾ ਸੀ ਸੀਲ ਬੰਦ ਵਸਤੂਆਂ ਦੀਆਂ ਤਸਵੀਰਾਂ ਖਿੱਚ ਲੈਂਦਾ ਸੀ ਮਿੰਟਾਂ ਸਕਿੰਟਾਂ 'ਚ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦਾ ਸੀ ਉਹਦੀ ਜੀਵਨੀ ਦਾ ਲੇਖਕ ਵੀ ਅੰਦਰੀਜ਼ਾ ਉਹਨੂੰ ਵਿਗਿਆਨਕ ਮਾਨਸਿਕ ਸ਼ਕਤੀਆਂ ਦਾ ਸਵਾਮੀ ਆਖਦਾ ਸੀ ਇੱਥੋਂ ਤੱਕ ਕਿ ਚਮਚੇ 모ੜਨ ਦੇ ਟ੍ਰਿਕ ਨੂੰ ਗੈਲਰ ਪ੍ਰਭਾਵ ਨਵੀਂ ਚੀਜ਼ ਹੈ ਅਜੇ ਦੀ ਵਿਆਖਿਆ ਨਹੀਂ ਕੀਤੀ ਗਈ ਤੇ ਇਹ ਵੀ ਇੱਕ ESP ਫਿਜ਼ਿਕਸ ਵਿੱਚ ਜ਼ਰੂਰੀ ਤੌਰ ਤੇ ਕੋਈ ਸਬੰਧ ਹੁੰਦਾ ਹੈ ਪਰਸਿੱਧ ਔਰਤ ਜਰਨਲਿਸਟ ਬਾਰਬੇਰਾ ਵਲੋਂ ਟੀਵੀ ਉੱਤੇ ਵਿਖਾਏ ਗਏ ਮਾਨਸਿਕ ਸ਼ਕਤੀਆਂ ਹੋਣ ਦਾ ਦਾਵਾ ਕਰਨ ਵਾਲੇ ਕਾਰਨਾਮੇ ਨੇ ਜਿਤ ਵਿਸ਼ਵਾਸ ਕਰਨ ਵਾਲਿਆਂ ਚ ਨਵੀਂ ਰੂਪ ਆ ਦਿੱਤੀ। ਅਮਰੀਕਾ ਦੇ ਜੇਮਸ ਰਾਂਡੀ ਨੇ ਯੂਰੀ ਬੈਰੀ ਸੱਚ ਕੀ ਹੈ ਨਾਮੀ ਕਿਤਾਬ ਛਪਵਾ ਕੇ ਯੂਰੀ ਗੈਲਰਦੀ ਪ੍ਰਸਿੱਧੀ ਦਾ ਖਾਤਮਾ ਕਰ ਦਿੱਤਾ। ਰਾਂਡੀ ਨੇ 10000 ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਜੇ ਯੂਰੀ ਉਹ ਸਾਹਮਣੇ ਆਪਣੀ ਸ਼ਕਤੀ ਵਿਖਾ ਕੇ ਟ੍ਰਿਕ ਕਰ ਸਕੇ। ਡਾਕਟਰ ਅਬਰਾਹੀਮ ਟੀ ਕੋਵੂਰ ਨੇ ਯੂਰੀ ਗੈਲਰ ਨੂੰ 16000 ਡਾਲਰ ਦੇਣ ਦਾ ਖੁੱਲਾ ਚੈਲੰਜ ਕੀਤਾ ਯੂਰੀ ਗੈਲਰ ਮਰਵ ਗ੍ਰੀਫਨ ਬਾਰਬੇਰਾ ਵਾਲਟਰ ਕਈ ਹੋਰ ਵਿਗਿਆਨੀਆ ਜਿਵੇਂ ਹਾਰੋਲਡ ਪਟਾਫ ਤੇ ਰਸਨ ਟਾਰਗ ਸਟੈਨਫੋਰਡ ਰਿਸਰਚ ਇੰਸਟੀਚਿਊਟ ਪੁਲਾੜ ਯਾਤਰੀ ਐਡਗਰ ਮਾਈਕਲ ਪ੍ਰੋਫੈਸਰ ਜான் ਟੇਲਰ ਤੇ ਕਈ ਹੋਰਾਂ ਨੂੰ ਧੋਖਾ ਦੇਣ 'ਚ ਸਫਲ ਹੋ ਗਿਆ ਸੀ ਪਰ ਉਹਨੇ ਡਾਕਟਰ ਕੋਵੂਰ ਸਾਹਮਣੇ ਹਾਜ਼ਰ ਹੋ ਕੇ ਫਰਕ ਕਰਵਾਉਣ ਤੋਂ ਇਨਕਾਰ ਨਹੀਂ ਦੁਨੀਆ ਨੂੰ ਹਿਲਾ ਦਿੱਤਾ ਇਥੋਂ ਤੱਕ ਕਿ 15 ਦਸੰਬਰ 1975 ਨੂੰ ਖੁਦ ਬਾਰਬੇਰਾ ਵਾਲਟਰਜ਼ ਹਵਾਈ ਜਹਾਜ਼ ਰਾਹੀਂ ਕੋਵੂਰ ਨਾਲ ਮੁਲਾਕਾਤ ਕਰਨ ਲਈ ਲੰਕਾ ਪਹੁੰਚਣ ਲਈ ਮਜਬੂਰ ਹੋ ਗਈ ਇੰਟਰਵਿਊ ਦੌਰਾਨ ਯੂਰੀ ਵੱਲੋਂ ਕੀਤੇ ਗਏ ਟਰਿਕ ਕੋਵੂਰ ਨੇ ਬਾਰਬਰਾ ਤੇ ਉਹਦੇ ਸਖਤਰ ਨੂੰ ਵਿਖਾ ਕੇ ਹੈਰਾਨ ਕਰ ਦਿੱਤਾ ਤੇ ਮਾਨਸਿਕ ਸ਼ਕਤੀਆਂ ਦਾ ਪਰਦਾਫਾਸ਼ ਕਰ ਦਿੱਤਾ ਉਹਨਾਂ ਦੱਸਿਆ ਕਿ ਅਜਿਹੀ ਟ੍ਰਿਕ ਵਿਖਾ ਕੇ ਲੱਖਾਂ ਡਾਲਰ ਕਮਾਏ ਜਾ ਸਕਦੇ ਹਨ ਤੇ ਲੱਖਾਂ ਹੀ ਸ਼ਰਦਾਲੂ ਪੈਦਾ ਕੀਤੇ ਜਾ ਸਕਦੇ ਹਨ ਧੰਨਵਾਦ